ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਆਓ ਕੁਝ ਦ੍ਰਿਸ਼ ਦਿਖਾਉਂਦੇ ਹਾਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਤੇ ਸਾਡੇ ਕਲਾਸਮੇਟ ਰਾਜਨ ਸ਼ਰਮਾ ਜੀ, ਜਿਹੜੇ ਪੰਜਾਬ ਕੇਸਰੀ ਦੇ ਰਿਪੋਰਟਰ ਵੀ ਨੇ। ਉਹਨਾਂ ਦੇ ਪਿਤਾ ਜੀ ਦੀ ਯਾਦ ਦੇ ਵਿੱਚ ਰਾਜਨ ਜੀ ਤੇ ਉਹਨਾਂ ਦੀ ਪਤਨੀ ਅਨੁਸੂਯਾ ਸ਼ਰਮਾ ਜੀ ਨੇ ਸ਼੍ਰੀ ਮਦ ਭਾਗਵਤ ਕਥਾ ਦਾ ਜਿਹੜਾ ਹੈ ਸਪਤਾਹ ਕਰਵਾਇਆ ਸੀਗਾ। ਸੋ ਜਿਹਦੇ ਸਮਾਪਨ ਤੇ ਸਾਨੂੰ ਜਾਣ ਦਾ ਮੌਕਾ ਮਿਲਿਆ। ਬਹੁਤ ਹੀ ਵਧੀਆ ਧਾਰਮਿਕ ਆਯੋਜਨ ਸੀਗਾ। ਸੋ ਸਭ ਤੋਂ ਵਧੀਆ ਇਹ ਲੱਗਿਆ ਕਿ ਇੱਕ ਬੇਟੇ ਨੇ ਤੇ ਇੱਕ ਬਹੂ ਨੇ ਆਪਣੇ ਪਿਤਾ ਨੂੰ ਕਿੰਨਾ ਵਧੀਆ ਢੰਗ ਦੇ ਨਾਲ ਯਾਦ ਕੀਤਾ। ਸੋ ਇੱਕ ਪ੍ਰੇਰਣਾ ਬਣੀ। ਰਾਜਨ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਬੁਲਾਉਣ ਦੇ ਲਈ, ਤੇ ਨਾਲ ਨਾਲ ਸਾਰਿਆਂ ਨੂੰ ਕਹਾਂਗੇ ਕਿ ਆਪਣੇ ਮਾਂ ਪਿਓ ਨੂੰ ਜ਼ਰੂਰ ਯਾਦ ਕਰਦੇ ਰਹੋ, ਜਿਹਦੇ ਨਾਲ ਬਹੁਤ ਵਧੀਆ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਸਾਰੀ ਜ਼ਿੰਦਗੀ ਮਿਲ ਸਕਦਾ ਵਾ। ਸੋ ਹੁਣ ਅਸੀਂ ਅੱਜ ਗੱਲ ਕਰਦੇ ਹਾਂ ਵਰਿਸ਼ ਲਗਨ ਵਾਲੇ ਵਿਅਕਤੀਆਂ ਦੇ ਲਈ ਕਿ ਜੇ ਉਹਨਾਂ ਨੂੰ ਪਰਿਵਾਰਿਕ ਪਰੇਸ਼ਾਨੀਆਂ ਆ ਰਹੀਆਂ ਤਾਂ ਉਸ ਤੋਂ ਬਚਣ ਦੇ ਲਈ ਪਿਤਾ ਤੇ ਪਿਤਾ ਦੇ ਸਮਾਨ ਜਿਹੜੇ ਵਿਅਕਤੀ ਨੇ ਉਹਨਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਕੋਈ ਕੰਮ ਕਰੋ। ਵੈਸੇ ਵੀ ਸਾਨੂੰ ਵੱਡਿਆਂ ਦੀ ਸਲਾਹ ਲਿੱਤੇ ਬਿਨਾਂ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸੋ ਘਰ ਦੇ ਕਲੇਸ਼ ਤੇ ਨਿਵਾਰਨ ਦਾ ਇਹੀ ਜਿਹੜਾ ਹੈ ਇੱਕ ਸਹੀ ਉਪਾਅ ਹੈਗਾ। ਵੱਡੇ ਬਜ਼ੁਰਗਾਂ ਦਾ ਸਨਮਾਨ ਕਰੋ ਤੇ ਉਹਨਾਂ ਨੂੰ ਪਿਆਰ ਦੇ ਨਾਲ ਦੁੱਧ ਜ਼ਰੂਰ ਪਿਲਾਇਆ ਕਰੋ। ਜੇ ਜਿਹੜਾ ਦੰਪਤੀਆ ਜੀਵਨ ਦੇ ਵਿੱਚ ਤਣਾਅ ਆ ਰਿਹਾ, ਪਤੀ ਪਤਨੀ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ, ਤਾਂ ਮੰਗਲਵਾਰ ਵਾਲੇ ਦਿਨ ਹਨੂੰਮਾਨ ਜੀ ਦੇ ਮੰਦਿਰ ਦੇ ਵਿੱਚ ਜਾ ਕੇ ਦੇਸੀ ਘਿਓ ਦਾ ਦੋ ਮੁਖੀ ਦੀਵਾ ਉੱਥੇ ਤੁਸੀਂ ਜਿਹੜਾ ਹੈ ਜਵਲਿਤ ਕਰੋ, ਤੇ ਨਾਲ ਨਾਲ ਹਨੂੰਮਾਨ ਜੀ ਨੂੰ ਲਾਲ ਚੰਦਨ ਦੀ ਜਿਹੜੀ ਹੈ ਮਾਲਾ ਅਰਪਿਤ ਕਰੋ। ਪਤੀ ਪਤਨੀ ਦੋਨੇ ਮਿਲ ਕੇ ਇਹਨੂੰ ਜੇ ਦੀਵੇ ਨੂੰ ਜਲਾਉਂਦੇ ਆ ਤਾਂ ਉਹਨਾਂ ਦਾ ਦੰਪਤੀਆ ਜੀਵਨ ਬਹੁਤ ਹੀ ਜ਼ਿਆਦਾ ਸੁਖੀ ਹੋਏਗਾ। ਜੇ ਵਰਿਸ਼ਠ ਲਗਨ ਵਾਲੇ ਵਿਅਕਤੀਆਂ ਨੂੰ ਸਾਰੀ ਜ਼ਿੰਦਗੀ ਜਿਹੜੀ ਹੈ ਨੌਕਰੀ ਦੇ ਵਿੱਚ ਜਾਂ ਰੋਜ਼ੀ ਰੋਟੀ ਦੇ ਖੇਤਰ ਦੇ ਵਿੱਚ ਬਹੁਤ ਪ੍ਰੋਬਲਮਸ ਆ ਰਹੀਆਂ, ਤਾਂ ਆਪਣੇ ਕੰਮ ਦੇ ਖੇਤਰ ਦੇ ਵਿੱਚ ਜਿਹੜਾ ਹੈ ਅਧਿਕਾਰੀਆਂ ਨਾਲ ਮਧੁਰ ਸੰਬੰਧ ਨਹੀਂ ਹੋ ਰਹੇ ਜਾਂ ਪਿਤਾ ਜੀ ਦੇ ਨਾਲ ਤਣਾਅਪੂਰਨ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਤਾਂ ਐਸੇ ਵਿਅਕਤੀਆਂ ਨੂੰ 13 ਮੁਖੀ ਰੁਦਰਾਕਸ਼ ਧਾਰਨ ਕਰਨਾ ਲਾਭਦਾਇਕ ਹੋ ਸਕਦਾ। ਪਿੱਪਲ ਦੇ ਪੇੜ ਨੂੰ ਜਿਹੜਾ ਸ਼ਾਮ ਦੇ ਸਵੇਰ ਦੇ ਸਮੇਂ ਤੁਸੀਂ ਜਿਹੜਾ ਉਹਨੂੰ ਪਾਣੀ ਜ਼ਰੂਰ ਦਿਓ ਅਤੇ ਕਾਂ ਨੂੰ ਮਿੱਠੀ ਰੋਟੀ ਜ਼ਰੂਰ ਖਿਲਾਓ। ਸੋ ਪਿਆਰੇ ਦਰਸ਼ਕੋ, ਅਸੀਂ ਸਾਰਿਆਂ ਦੇ ਲਈ ਦੱਸ ਦਈਏ ਕਿ ਜਿਹੜੇ ਵੀ ਸਾਡੇ ਕਲਾਇੰਟ ਸਾਡੇ ਕੋਲ ਰੈਗੂਲਰ ਆਉਂਦੇ ਆ, ਉਹ ਸਾਡੇ ਕੋਲ ਜਾਣ ਤੋਂ ਪਹਿਲਾਂ ਇੱਕ ਵਿਸ਼ੇਸ਼ ਪ੍ਰਸ਼ਾਦ ਉਹਨਾਂ ਦੇ ਲਈ ਤਿਆਰ ਹੁੰਦਾ। ਵਿਸ਼ੇਸ਼ ਤੌਰ 'ਤੇ ਪਾਠ ਕਰਕੇ ਅਸੀਂ ਉਹਨੂੰ ਰੈਡੀ ਕਰਦੇ ਹਾਂ, ਜਿਹਦੇ ਨਾਲ ਤੁਹਾਡੀ ਟੈਨਸ਼ਨ ਵੀ ਘੱਟਦੀ ਹੈ, ਤੁਹਾਡੀ ਧਨ ਦੀ ਬਰਬਾਦੀ ਵੀ ਘੱਟਦੀ ਹੈ, ਤੁਹਾਨੂੰ ਨਿਸ਼ਚਿਤ ਰੂਪ ਦੇ ਵਿੱਚ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਗ੍ਰਹਿਆਂ ਦੇ ਚੰਗੇ ਫਲ ਮਿਲ ਸਕਦੇ ਆ, ਤੁਹਾਨੂੰ ਅੱਛੀ ਸਿਹਤ ਵੀ ਦੇ ਸਕਦੇ ਆ ਗ੍ਰਹਿ ਜਿਹੜੇ। ਸੋ ਇਹ ਤੁਸੀਂ ਵਿਸ਼ੇਸ਼ ਤੌਰ 'ਤੇ ਸਾਡੇ ਤੋਂ ਲੈ ਸਕਦੇ ਹੋ, ਜਿਹਦੀ ਕੋਈ ਕੀਮਤ ਨਹੀਂ, ਤੁਹਾਡੇ ਲਈ ਬਿਲਕੁਲ ਫ੍ਰੀ ਹੈਗਾ। ਜਵੈਨ ਤੁਸੀਂ 4 ਤੋਲਾ ਲਓ ਤੇ ਸਿੰਧਾ ਨਮਕ ਜਿਹੜਾ 1 ਤੋਲਾ ਲਓ, ਦੋਨਾਂ ਨੂੰ ਕੁੱਟ ਕੇ ਸ਼ੀਸ਼ੀ ਦੇ ਵਿੱਚ ਭਰ ਕੇ ਰੱਖ ਲਓ। ਇਸ 'ਚ 2 ਮਾਸੇ ਚੂਰਨ ਰੋਜ਼ ਤੁਸੀਂ ਸਵੇਰੇ ਸਵੇਰੇ ਜਿਹੜਾ ਫੱਕਾ ਮਾਰ ਕੇ ਉੱਤੋਂ ਪਾਣੀ ਪੀ ਲਓ, ਜਿਹਦੇ ਨਾਲ ਤੁਹਾਨੂੰ ਬੈ ਵਾਦੀ ਤੇ ਮੰਦਾਗਨੀ ਯਾਨੀ ਕਿ ਪੇਟ ਦੇ ਵਿੱਚ ਜਦੋਂ ਜਲਨ ਹੁੰਦੀ ਹੈ ਉਹ ਚੀਜ਼ ਜ਼ਰੂਰ ਠੀਕ ਹੋ ਜਾਏਗੀ। ਘਰ ਦੇ ਸਜਾਵਟ ਦੇ ਲਈ ਤੁਸੀਂ ਜਿਹੜਾ ਲੜਾਈ ਜਾਂ ਲੜਾਈ ਦੀਆਂ ਫੋਟੋਜ਼, ਪੱਥਰ ਜਾਂ ਪੱਥਰ ਦੇ ਨਾਲ ਨਿਰਮਿਤ ਰਾਕਸ਼ਸਾਂ, ਫਿਰ ਦਾਨਵਾਂ ਦੀਆਂ ਮੂਰਤੀਆਂ, ਸੂਅਰ, ਚੀਤਾ ਜਾਂ ਬਾਘ, ਗਿੱਦੜ, ਸੱਪ, ਗਿੱਧ, ਉੱਲੂ, ਕਬੂਤਰ, ਬਾਜ, ਕਾਂ, ਬਗਲੇ ਆਦਿ ਦੀ ਫੋਟੋਜ਼ ਕਦੀ ਵੀ ਘਰ ਦੇ ਵਿੱਚ ਬਿਲਕੁਲ ਨਾ ਲਗਾਓ। ਇੱਦਾਂ ਹੀ ਤੁਸੀਂ ਮਲ ਮੂਤਰ ਦੇ ਤਿਆਗ ਦੇ ਲਈ ਟੋਇਲਟ ਨੂੰ ਕਦੀ ਵੀ ਵਾਵਿਆ ਕੋਣ ਦੇ ਵਿੱਚ ਬਿਲਕੁਲ ਜਿਹੜਾ ਹੈ ਚਾਹੋ ਤਾਂ ਬਣਾ ਸਕਦੇ ਹੋ। ਸੋ ਜਗ੍ਹਾ ਜੇ ਨਹੀਂ ਮਿਲਦੀ ਤਾਂ ਇਸ਼ਾਨ ਕੋਣ ਨੂੰ ਛੱਡ ਕੇ ਕਿਸੇ ਵੀ ਦਿਸ਼ਾ 'ਚ ਤੁਸੀਂ ਬਣਾ ਸਕਦੇ ਹੋ, ਲੇਕਿਨ ਜਦੋਂ ਵੀ ਤੁਸੀਂ ਟੋਇਲਟ ਕਰਦੇ ਹੋ ਉਸ ਸਮੇਂ ਤੁਹਾਡੇ ਮੁੱਖ ਦੀ ਦਿਸ਼ਾ ਜਿਹੜੀ ਹੈ ਦਕਸ਼ਿਣ ਜਾਂ ਉੱਤਰ ਦੇ ਵਿੱਚ ਹੋਵੇ ਤਾਂ ਜ਼ਿਆਦਾ ਵਧੀਆ ਰਿਜ਼ਲਟ ਤੁਹਾਨੂੰ ਮਿਲ ਸਕਦੇ ਹੈ। ਉਹਨਾਂ ਸਿਹਤ ਅੱਛੀ ਰਹਿ ਸਕਦੀ ਹੈ, ਟੈਨਸ਼ਨ ਘੱਟ ਸਕਦੀਆਂ, ਅਤੇ ਵੈਸੇ ਵੀ ਤੁਹਾਨੂੰ ਜਿਹੜਾ ਲਾਈਫ ਦੇ ਵਿੱਚ ਜਿੰਨੀਆਂ ਪ੍ਰੋਬਲਮਸ ਆਉਂਦੀਆਂ ਜਾਂ ਫਾਈਨੈਂਸ਼ਲੀ ਪ੍ਰੋਬਲਮਸ ਆਉਂਦੀਆਂ ਉਸ ਤੋਂ ਵੀ ਤੁਹਾਨੂੰ ਰਾਹਤ ਜ਼ਰੂਰ ਮਿਲ ਸਕਦੀ ਹੈ। ਕਹਿਣ ਦਾ ਭਾਵ ਇਹ ਕਿ ਵਾਸਤੂ ਬਹੁਤ ਹੀ ਜ਼ਿਆਦਾ ਇੱਕ ਇੱਦਾਂ ਦੀ ਗੂੜ ਸਾਇੰਸ ਹੈ ਕਿ ਜਿਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਮੇਰੇ ਘਰ ਮੇਰਾ ਕੋਈ ਪ੍ਰੋਬਲਮ ਥਾ, ਫਿਰ ਮੈਂ ਸੁਖਿੰਦਰ ਜੀ ਨੂੰ ਮਿਲਿਆ, ਉਹਨਾਂ ਨੇ ਮੇਰੇ ਕੋਲ ਕੁਛ ਉਪਾਅ ਬਤਾਏ, ਉਸ ਦੀ ਵਜ੍ਹਾ ਸੇ ਮੇਰੇ ਕੋਲ ਬਹੁਤ ਫਾਇਦਾ ਹੋਇਆ, ਲੜਕਾ ਹਾਲ ਮਤਲਬ ਠੀਕ ਠਾਕ ਚੱਲ ਰਿਹਾ। ਅਸੀਂ ਸਵੇਰੇ ਸੁਖਿੰਦਰ ਜੀ ਦਾ ਪ੍ਰੋਗਰਾਮ ਦੇਖੀਦਾ, ਇਹਦੇ ਨਾਲ ਉਹਨਾਂ ਦੱਸੇ ਉਪਾਅ ਅਸੀਂ ਕੀਤੇ ਜਿਹੜੇ ਦੱਸਦੇ ਨੇ, ਉਹਨਾਂ ਸਾਨੂੰ ਬਹੁਤ ਫਾਇਦਾ ਹੋਇਆ, ਬਿਜ਼ਨਸ 'ਚ ਵੀ ਵੈਸੇ ਵੀ ਲਾਈਫ 'ਚ ਬਹੁਤ ਫਾਇਦਾ ਹੋਇਆ, ਬੜਾ ਅੱਛਾ ਉਪਾਅ ਦੱਸਦੇ ਨੇ। ਸੁਖਵਿੰਦਰ ਜੀ ਕਾ ਜੋ ਜੋਸ਼ੀ ਜੀ ਹੈ ਉਨਕਾ ਪ੍ਰੋਗਰਾਮ ਰੋਜ਼ ਦੇਖਤਾ ਹੂੰ, ਔਰ ਮੇਰੇ ਕੋ ਇਤਨਾ ਉਪਾਅ ਸੂਟ ਕੀਆ ਹੈ ਕਿ ਮੇਰਾ ਕਾਮ ਪਹਿਲੇ ਬਿਲਕੁਲ ਡਾਊਨ ਹੋ ਗਿਆ ਥਾ, ਜਬ ਸੇ ਇਨਕਾ ਮੈਨੇ ਉਪਾਅ ਇਨਸੇ ਦੇਖਾ, ਫਿਰ ਮੇਰੇ ਕੋ ਵੋ ਕਾਫੀ ਮੇਰੇ ਕਾਮ ਮੇਂ ਬਰਕਤ ਮਿਲਨੀ ਸ਼ੁਰੂ ਹੋ ਗਈ, ਆਜ ਮੇਰਾ ਕਾਮ ਕਾਫੀ ਉਚਾਈਓਂ ਪਰ ਹੈ, ਔਰ ਮੈਂ ਸੁਖਵਿੰਦਰ ਜੀ ਪੰਡਿਤ ਜੀ ਕਾ ਧੰਨਵਾਦ। ਸੋ ਅੱਜ ਗੱਲ ਕਰਦੇ 9 ਮੁਖੀ ਰੁਦਰਾਕਸ਼ ਦੇ ਬਾਰੇ, ਜਿਹੜਾ ਕਿ ਸਾਧੂ ਸੰਨਿਆਸੀ ਜਾਂ ਮਹਾਤਮਾ ਜਿਹੜੇ ਵੀ ਨਿਰਜਨ ਸਥਾਨਾਂ ਦੇ ਵਿੱਚ ਜਾਂ ਵਨਾਂ ਦੇ ਵਿੱਚ ਸਮਾਧੀ ਲਗਾ ਕੇ ਬੈਠੇ ਹੁੰਦੇ, 9 ਮੁਖੀ ਰੁਦਰਾਕਸ਼ ਦਾ ਦਾਣਾ ਉਹਨਾਂ ਦੇ ਗਲੇ ਦੇ ਵਿੱਚ ਪਿਆ ਰਹਿੰਦਾ ਜਾਂ ਬਾਜੂ ਦੇ ਵਿੱਚ ਬੰਨਿਆ ਹੁੰਦਾ ਹੈ, ਜਿਹਦਾ ਕਾਰਨ ਹੈ ਕਿ ਇਹ ਦਾਣਾ ਜਿਹੜਾ ਹੈ ਸ਼ਤਰੂ, ਅਗਨੀ, ਵਰਸ਼ਾ, ਭੂਚਾਲ,
अंधेरी फिर हिंसक जीव जंतुओं ते प्रेत आत्मावां तों उन्हां दे शरीर दी रक्षा करदा है। दस मुखी रुद्राक्ष जड़ा है सारियां ही कामनावां दा पूरक हुंदा है, संकट काल ते रोग शोक निवारक हुंदा है। इनू तंत्र मंत्र दे द्वारा सिद्ध करके धारण करना चाहिदा है। कहण दा भाव है कि रुद्राक्ष चाहे एक मुखी होवे चाहे 14 मुखी होवे या इहदे इन बिटवीन सारे रुद्राक्ष होण बहुत ही ज़्यादा पावरफुल हुंदे है। हर बंदे नूं कम से कम एक रुद्राक्ष जरूर पाना चाहिदा, अपना टेवा दिखा के कि किहड़ा रुद्राक्ष उहनूं ज़्यादा सूट कर सकदा है। सो रुद्राक्ष पाउंदे समय तुहानूं जिहड़ा है मांस शराब इहदा सेवन ते नशिआं दा सेवन इस तों दूर रहना बहुत जरूरी हुंदा है ते बहुत चमत्कारिक रिजल्ट्स मिलदे आ जदों तुसीं रुद्राक्ष पा लैंदे हो। मानसिक शांति दे लई किस जमाने दे विच लोग हिरन दी छाल जिहड़ी है बिछा के सौंदे सीगे। अजकल तां नहीं तुसीं लै सकदे हो, फॉरेस्ट डिपार्टमेंट वाले तुहानूं आ के अरैसट कर लैणगे। सो ऐसी स्थिति दे विच तुसीं अजकल रात नूं घर दे विच जे कपूर जलाने हो तां उदों बाद सौंदे हो तां मानसिक शांति तुहानूं बहुत ज़्यादा मिल सकदी है। सो मोती किहड़ा नहीं लईदा, जिहड़ा जिहदे विच चमक बिल्कुल ना होवे अशुभ मोती हुंदा, इहनूं गरीबी ते इहदे नाल दरिद्रता वधदी है। फिर जिहड़ा मोती बेडोल ते लंबा होवे इहदे नाल बल बुद्धि नष्ट हुंदे है। जिस मोती दे गर्भ दे विच लंबी लकीर दिखाई देवे उह दुख वधांदा है। जिहड़ा तांबे दे रंग वर्गा होवे खानदान नूं खतम करदा है। जिहड़ा लाल जां खून दे रंग वर्गा होवे इहदे नाल जिहड़ा दुख दरिद्रता वधदी है। जिहड़ा मोती चपटा होवे सुख ते सौभाग्य खोंदा है, चिंता वधांदा है। जिस मोती दे उत्ते मोटा या काला धब्बा दिखाई देवे संतान दे लई बहुत ज़्यादा हानिकारक साबित हुंदा है। जिहड़ा मोती चपटा ते चकोर होवे इह धारक दी पत्नी दा नाश करदा है। जिहड़ा तिन कोनियां वाला होवे इह धारक नूं नपुंसक बनांदा ते बल बुद्धि नष्ट करदा है। सो मोती दे उपरतन किहड़े किहड़े है? जिहड़ा व्यक्ति मोती नहीं खरीद सकदा उहनूं जिहड़ा है इहदा उपरतन निमरू धारण कर लेना चाहीदा, जिहड़ा कि चंद्रमा दा उपरतन है। इहदा रंग जिहड़ा चांदी दे समान दुधिया सफेद हुंदा है। हालांकि ਇਹ ਮੋਤੀ ਦੀ ਤਰ੍ਹਾਂ ਫਾਇਦੇਮੰਦ ਨਹੀਂ ਹੁੰਦਾ ਲੇਕਿਨ ਫਿਰ ਵੀ ਇਹਦੇ ਧਾਰਕ ਨੂੰ ਜਿਹੜਾ ਲਾਭ ਹੁੰਦਾ ਹੈ। ਨਿਮਰੂ ਤੋਂ ਇਲਾਵਾ ਚੰਦਰਕਾਂਤ ਮਨੀ ਵੀ ਧਾਰਨ ਕੀਤੀ ਜਾ ਸਕਦੀ ਹੈ। ਇਹ ਵਾਸਤਵ ਦੇ ਵਿੱਚ ਸਫੇਦ ਰੰਗ ਦਾ ਪੁਖਰਾਸ਼ ਹੁੰਦਾ ਹੈ। ਜੇ ਇੱਕੋ ਹੀ ਅੰਗੂਠੀ ਦੇ ਵਿੱਚ ਮੋਤੀ ਤੇ ਚੰਦਰਕਾਂਤ ਮਨੀ ਦੋਹਾਂ ਨੂੰ ਜੜਵਾ ਕੇ ਪਾਇਆ ਜਾਏ ਤਾਂ ਬਹੁਤ ਵਧੀਆ ਰਿਜ਼ਲਟਸ ਮਿਲਦੇ ਹੈ। ਸੋ ਮੋਤੀ ਦੇ ਧਾਰਕ ਸਫੇਦ ਸੰਗ ਫਿਰ ਨੀਲ ਸੰਗ ਤੇ ਗੌਰੀ ਸੰਗ ਕੁਛ ਵੀ ਪਾ ਸਕਦੇ ਨੇ। ਸੋ ਮੋਤੀ ਕੌਣ ਧਾਰਕ ਕਰੇ? ਚੰਦਰਮਾ ਜਿਹੜਾ ਹੈ ਇਹਦਾ ਰਤਨ ਹੁੰਦਾ ਹੈ ਮੋਤੀ। ਸੋ ਜਿਨ੍ਹਾਂ ਦੀ ਜਨਮ ਕੁੰਡਲੀ ਦੇ ਵਿੱਚ ਚੰਦਰਮਾ ਕਮਜ਼ੋਰ ਹੈਗਾ, ਦੁਰਬਲ ਹੈਗਾ ਜਾਂ ਦੂਸ਼ਿਤ ਹੈਗਾ ਤਾਂ ਉਹਨਾਂ ਨੂੰ ਮੋਤੀ ਜ਼ਰੂਰ ਪਾ ਲੈਣਾ ਚਾਹੀਦਾ। ਜਿਹਦੇ ਨਾਲ ਚੰਦਰਮਾ ਦੀਆਂ ਕੁਛ ਸਥਿਤੀਆਂ ਦੇ ਵਿੱਚ ਅਸੀਂ ਇਹਨੂੰ ਫਿਰ ਵੀ ਧਾਰਨ ਕਰ ਸਕਦੇ ਹਾਂ। ਜਦੋਂ ਜਨਮ ਕੁੰਡਲੀ ਦੇ ਵਿੱਚ ਚੰਦਰਮਾ ਸੂਰਜ ਦੇ ਨਾਲ ਹੋਵੇ ਜਾਂ ਸੂਰਜ ਤੋਂ ਅਗਲੀਆਂ 5 ਰਾਸ਼ੀਆਂ ਦੇ ਵਿੱਚ ਹੋਵੇ, ਕਮਜ਼ੋਰ ਹੋ ਜਾਂਦਾ ਉਹ, ਐਸੀ ਹਾਲਤ ਦੇ ਵਿੱਚ ਬੰਦੇ ਨੂੰ ਮੋਤੀ ਜ਼ਰੂਰ ਪਵਾ ਦਿਓ। ਮੇਸ਼ ਯਾਨੀ ਕਿ ਏਰੀਸ ਰਾਸ਼ੀ ਵਾਲੇ ਬਿਨਾਂ ਸੋਚੇ ਸਮਝੇ ਸਿਗਨੇਚਰਸ ਅੱਜ ਬਿਲਕੁਲ ਨਾ ਕਰਨ, ਨਹੀਂ ਤਾਂ ਇਹ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ। ਵਰਿਸ਼ ਯਾਨੀ ਕਿ ਟਾਰਸ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਅੱਜ ਬਹੁਤ ਵਧੀਆ ਹੈ, ਰੱਬ ਤੋਂ ਜੋ ਚਾਹੋਗੇ ਮਿਲ ਸਕਦਾ ਹੈ। ਲੇਕਿਨ ਮਿਥੁਨ ਯਾਨੀ ਕਿ ਜੈਮਨੀ ਰਾਸ਼ੀ ਵਾਲੇ ਲਾਟਰੀ ਸੱਟੇ ਤੋਂ ਪਰਹੇਜ਼ ਕਰਨ, ਨਹੀਂ ਤਾਂ ਸਾਰਾ ਧਨ ਹਾਰ ਸਕਦੇ ਹੋ। ਕਰਕ ਯਾਨੀ ਕੈਂਸਰ ਰਾਸ਼ੀ ਵਾਲੇ ਆਪਣੀ ਪਤਨੀ ਦੀ ਸੂਝਬੂਝ ਦੇ ਕਾਰਨ ਆਪਣੇ ਵਪਾਰ ਨੂੰ ਬਹੁਤ ਅੱਛੀ ਪੋਜੀਸ਼ਨ 'ਤੇ ਲੈ ਜਾਓਗੇ। ਸਿੰਘ ਯਾਨੀ ਲਿਓ ਰਾਸ਼ੀ ਵਾਲਿਆਂ ਦੇ ਲਈ ਥੋੜ੍ਹਾ ਜਿਹਾ ਜਿਹੜਾ ਮਨ ਨੂੰ ਮਾਯੂਸੀ ਅਤੇ ਉਦਾਸੀ ਮਹਿਸੂਸ ਹੋ ਸਕਦੀ ਹੈ, ਜਦਕਿ ਕੰਨਿਆ ਯਾਨੀ ਵਰਗੋ ਰਾਸ਼ੀ ਵਾਲੇ ਕਿਸੇ ਇਸਤਰੀ ਦੇ ਕਾਰਨ ਬਦਨਾਮੀ ਦੇ ਪਾਤਰ ਬਣ ਸਕਦੇ ਹੋ। ਤੁਲਾ ਯਾਨੀ ਲਿਬਰਾ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਸਮਾਜ ਦੇ ਨਾਲ ਟੱਕਰ ਲੈਣ ਦਾ ਤੁਹਾਡਾ ਹੋ ਸਕਦਾ ਹੈ। ਤੁਸੀਂ ਸਮਾਜ ਦੀਆਂ ਬੁਰਾਈਆਂ ਨੂੰ ਅੱਜ ਕੱਢਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੇ ਹੋ। ਵਰਿਸ਼ਕ ਯਾਨੀ ਸਕਾਰਪੀਓ ਰਾਸ਼ੀ ਵਾਲੇ ਨਵਾਂ ਵਹੀਕਲ ਜਾਂ ਨਵੀਂ ਅੱਜ ਜਿਹੜੀ ਹੈ ਜਾਇਦਾਦ ਖਰੀਦ ਸਕਦੇ ਹੋ। ਤੁਹਾਨੂੰ ਯਾਨੀ ਸੈਜੀਟੇਰੀਅਸ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਬੱਚਿਆਂ ਦੇ ਵਜ੍ਹਾ ਦੇ ਨਾਲ ਤੁਹਾਡਾ ਮਾਨ ਸਨਮਾਨ ਬਹੁਤ ਜ਼ਿਆਦਾ ਵੱਧ ਸਕਦਾ ਹੈ। ਮੱਕਰ ਯਾਨੀ ਕੈਪਰੀਕੋਰਨ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਅੱਜ ਤੁਹਾਨੂੰ ਐਸੇ ਮੋੜ ਤੇ ਲਿਜਾਊਗੀ ਜਿੱਥੇ ਦੋ ਚਿੱਤੇ ਹੋ ਕੇ ਕੋਈ ਫੈਸਲਾ ਲੈਣਾ ਬਹੁਤ ਮੁਸ਼ਕਲ ਹੋ ਜਾਏਗਾ। ਕੁੰਭ ਯਾਨੀ ਇਕੁਏਰੀਅਸ ਰਾਸ਼ੀ ਵਾਲਿਆਂ ਦੇ ਲਈ ਸਟੱਡੀਜ਼ ਦੇ ਵਿੱਚ ਅੱਜ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਤੇ ਮੀਨ ਯਾਨੀ ਕਿ ਪਾਈਸਿਸ ਰਾਸ਼ੀ ਵਾਲੇ ਸਫ਼ਰ ਦੇ ਦੌਰਾਨ ਤੁਹਾਡਾ ਕੀਮਤੀ ਸਮਾਨ ਚੋਰੀ ਹੋ ਸਕਦਾ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਮਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ ਜਾਂ ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਵਾਉਣਾ ਚਾਹੁੰਦੇ ਹਾਂ। ਸੋ ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ ਜੀ, ਸਾਡਾ ਪਤਾ ਹੈ ਜੋਤਿਸ਼ੀ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 94170-2533 ਤੇ 98720-2533। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਤੇ ਕੈਨੇਡੀਅਨ ਟੀਵੀ ਚੈਨਲ ਝਾਂਜਰ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ। ਕੱਲ੍ਹ ਫਿਰ ਮਿਲਾਂਗੇ, ਕੱਲ੍ਹ ਤੱਕ ਲਈ ਨਮਸਕਾਰ।